ਆਪ ਦੀ ਜਥੇਬੰਦੀ ਆ ਉਹਦੇ ਨਾਲ ਤੇ ਪੰਜਾਬ ਦੇ ਬਹੁਤ ਬੰਦੇ ਨਹੀਂ ਸਹਿਮਤ ਹੈਗੇ ਕੱਲਾ ਮੈਂ ਆਪਣੀ ਗੱਲ ਕਰਨਾ ਬਹੁਤ ਬੰਦੇ ਹੋਰ ਵੀ ਸਹਿਮਤ ਨਹੀਂ ਹੈਗੇ ਅੱਛਾ ਜਿਹੜਾ ਸਹਿਮਤ ਨਹੀਂ ਸੀ ਹੁੰਦਾ ਪ੍ਰਧਾਨ ਮੰਤਰੀ ਬਾਜੇਕੇ ਦੇ ਕੋਲੋਂ ਉਹਨੂੰ ਗਾਲਾਂ ਕਢਾਈ ਜਾਂਦੇ ਸੀ ਧੀਆਂ ਭੈਣਾਂ ਦੀਆਂ ਮਾੜੀਆਂ ਪਰਿਵਾਰਾਂ ਤੱਕ ਉਹ ਪ੍ਰਧਾਨ ਮੰਤਰੀ ਬਾਜੇਕੇ ਚਲੋ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਅਸੀਂ ਦੱਸਦਾ ਕਿੰਨੇ ਵੀ ਉਹਦੇ ਪਿਤਾ ਦੀ ਸਟੇਟਮੈਂਟ ਆਈ ਵੀ ਉਹਨੂੰ ਤੇ ਅਜਨਾਰਾ ਨਹੀਂ ਕਹਿਣਾ ਹੁੰਦਾ ਉਹ ਤੇ ਬਖਸ਼ਣਾ ਨਹੀਂ ਕਹਿਣਾ ਹੁੰਦਾ ਉਹਦੇ ਚਲੋ ਉਹਦੀ ਸਾਡਾ ਕੋਈ ਉਹ ਕੋਈ ਦੁਸ਼ਮਣ ਨਹੀਂ ਹੈਗਾ ਹਣ ਤੇ ਆਪ ਤਰਸਉਂਦਾ ਵੀ ਯਾਰ ਉਹ ਕਿੱਥੇ ਜਾ ਗਿਆ ਸਾਹਮਦੇ ਛੋੜਦਾ ਵੀ ਉਹ ਕੋਈ ਸੱਚੀ ਏਡਾ ਵੱਡਾ ਅਪਰਾਧੀ ਛੋੜਾ ਹੈਗਾ ਸੀ ਉਹਦੇ ਦੇ YouTube ਤੋਂ ਮਾੜੇ ਉਹ ਪੰਜਾਬੀ ਚ ਕਹਾਂ ਵੀ ਉਹ ਗਾਲਾਂ ਕੱਢਦਾ ਸੀ ਸਾਡੇ ਵਰਗਿਆਂ ਨੂੰ ਤੇ ਉਹਨੂੰ ਵੀਊ ਆਉਂਦੇ ਸੀ ਉਹਦੇ ਉਹਦੇ ਰੋਟੀ ਪੱਕਦੀ ਸੀ ਅਹੀਂ ਨਹੀਂ ਆਂਦੇ ਵੀ ਉਹਨੂੰ ਕੋ ਫੰਡਿੰਗ ਆਉਂਦੀ ਸੀ ਬੜਾ ਵੱਡਾ ਕੋ ਬਹੁਤ ਵੱਡਾ ਉਹਨੇ ਕ੍ਰਾਈਮ ਕੀਤਾ ਸੀ ਅਹੀਂ ਤੇ ਕਹਿੰਦੇ ਵੀ ਇਹੋ ਜਿਹੇ ਬੰਦੇ ਬਾਹਰ ਹੋਣੇ ਚਾਹੀਦੇ ਛੀਗਾ ਆਪਣੇ ਪਰਿਵਾਰਾਂ ਜਾਣ ਕੇ ਵੀ ਅਕਲ ਆ ਜੇ ਹੋਣੀ ਵੀ ਤੁਸੀਂ ਚੰਗੇ ਕੰਮ ਕਰ ਲਓ ਆਪਣੇ ਪਰਿਵਾਰਾਂ ਜਾਣ ਕੇ ਹੁਣ ਉਹਨਾਂ ਦੇ ਮਾਤਾ ਪਿਤਾ ਇਹ ਸਟੇਟਮੈਂਟ ਦੇ ਰਹੇ ਆ ਕਿ ਸਰਕਾਰ ਨੂੰ ਬੇਨਤੀ ਬਣ ਕਿਤੇ ਅਸੀਂ ਕੋਈ ਜਿਹੜੇ ਜਿਹੜੇ ਗਏ ਆ ਉਹ ਤੁਹਾਡੇ ਦੁਸ਼ਮਣ ਨਹੀਂ ਹੈਗੇ ਜੇ ਅਸੀਂ ਅੱਜ ਬੋਲਦੇ ਆ ਅੱਜ ਅਸੀਂ ਗੱਲ ਕਰਦੇ ਆ ਅਸੀਂ ਉਹ ਕਰਕੇ ਨੇ ਬਾਕੀ ਜਿਹੜੇ ਪ੍ਰਚਾਰਕ ਵਡੀਆਂ-ਵਡੀਆਂ ਸਟੇਟਮੈਂਟਾਂ ਦੇ ਰਹੇ ਸਾਡੀ ਬੇਨਤੀ ਵੀ ਜਾ ਕੇ ਤੁਸੀਂ ਜਗ੍ਹਾ ਤੇ ਰਿਲਾਓ ਫਿਰ ਉਥੇ ਸਾਡੇ ਪਰਿਵਾਰਾਂ ਤੱਕ ਸਾਡੀਆਂ ਧੀਆ ਪੈਣਾ ਤਾਂ ਗਿਆ ਹੋ ਵੀਡੀਓ ਪਈਆਂ ਜੇ ਨੜ ਤੇ ਕੱਲੇ-ਕੱਲੇ ਪਰਿਵਾਰ ਤਾਂ ਗਿਆ ਤੇ ਪਿੰਡ ਤੁੰਦਾ ਨਾ ਮੇਰਾ ਜਾ ਕੇ ਪਿੰਡ ਤੁੰਦੇ ਪੁੱਛਿਓ ਸਾਡੇ ਪਰਿਵਾਰ ਚ ਕੋਈ ਨਸ਼ਾ ਕਰਦਾ ਕਿਸੇ ਨੇ ਕੇਸ ਕਟੇ ਤੂੰ ਦੱਪੇ ਡਾ ਵੱਡਾ ਨਾ ਵਿਦੇਸ਼ਾਂ ਨਹੀਂ ਬੈਠਿਆ ਧੁੰਦੇ ਪੜਦੇ ਜਾ ਕੇ ਇਨਕੁਆਰੀ ਕਰਾ ਲਓ ਤੇ ਬਾਜੇ ਕੇ ਨੇ ਪਤਾ ਗਿਆ ਕਿ ਇਹ ਤੇ ਨਸ਼ਾ ਪਿੰਦੇ ਜੀ ਇਹਦੇ ਬੱਚੇ ਤੇ ਵਾਲ ਕਟਾਏ ਆ ਜੀ ਉਦੋਂ ਕਿਸੇ ਨੇ ਨਹੀਂ ਉਦੋਂ ਤੇ ਕੋਈ ਨਹੀਂ ਬੋਲਿਆ ਉਦੋਂ ਤੇ ਕਿਸੇ ਨੇ ਵੀਡੀਓ ਬਣਾ ਕੇ ਨਹੀਂ ਪਾਈ ਵੀ ਯਾਰ ਇਹ ਬਾਜੇ ਕੇ ਇਦਾਂ ਕੋਈ ਬੋਲਦਾ ਤੇ ਅੱਜ ਅੱਜ ਸਾਰਿਆਂ ਨੂੰ ਮਸੂਮ ਦੇ ਸਿਰ ਆ ਮੈਂ ਕਹਿੰਦਾ ਮੈਂ ਖੁਦ ਕਹਿਣਾ ਮੈਨੂੰ ਤਰਸ ਆਉਂਦਾ ਉੱਤੇ ਸੱਚ ਕਹਿੰਦਾ ਭਾਵੇਂ ਉਹਨਾਂ ਨੂੰ ਗਾਲਾਂ ਕੱਢਦਾ ਸੀ ਨਾ ਮੈਨੂੰ ਤਰਸ ਆਇਆ ਜਦੋਂ ਉਹਨੂੰ ਲੈ ਕੇ ਗਿਆ ਵੀ ਯਾਰ ਉਹ ਕੀ ਆ ਉਹ ਕਿੰਨਿਆਂ ਪ੍ਰਚਾਰਕਾਂ ਨੇ ਉਹਨੇ ਗਾਲਾਂ ਕਢੀਆਂ ਕਿੰਨਿਆਂ ਲੋਨ ਨੇ ਮਾੜਾ ਬੋਲਿਆ ਵ ਵੜ ਦੋ ਜੀ ਮਾਰ ਦੋ ਜੀ ਏਦਾਂ ਕਰ ਦੋ ਜੀ ਉਹ ਕਹਿੰਦਾ ਗੁਰੂ ਉਹ ਤੇ ਸਿੱਧਾ ਕਹਿੰਦਾ ਸੀ ਮੈਂ ਗੁਰੂਆਂ ਨਾਲਸ ਨੂੰ ਤੇ ਪੜ੍ਹਨਾ ਨਹੀਂ ਕਹਿੰਦਾ ਅਸੀਂ ਤਾਂ ਬਸ ਛਿੱਧੀਆਂ ਦੇਣ ਲਈ ਬਣੇ ਆ ਤੇ ਫਿਰ ਤੁਸੀਂ ਵੇਖੋ ਵੀ ਕਿੱਦਾਂ ਜਦੋਂ ਪੁਲਿਸ ਉਹਦੀਆਂ ਗੱਡੀਆਂ ਵੇਖੀਂ ਜਾਂ ਪੁਲਿਸ ਵੇਖੇ ਕਿੱਦਾਂ ਸਾਹ ਸੁਸਾਈ ਵੀ ਉਹ ਪੁਲਿਸ ਆ ਗਈ ਜੀ ਹੁਣ ਲਾਈਵ ਹੋ ਜੋ ਜੀ ਫਿਰ ਗੱਲਾਂ ਉਹ ਕਰੋ ਨਾ ਜਿੰਨੀਆਂ ਤੁਹਾਡੀਆਂ ਰੱਤਾਂ ਭਾਰ ਚੱਲਦੀਆਂ ਸਟੇਟਮੈਂਟ ਉਹ ਦਿਓ ਜਿੰਨਾ ਕਿ ਤੁਸੀਂ ਆਪਣੀਆਂ ਤੁਹਾਡੀਆਂ ਰੱਤਾਂ ਭਾਰ ਚੱਲਦੀਆਂ ਮੈਂ ਆਪਣੀ ਗੱਲ ਕਰਦਾ ਮੈਂ ਅਜੇ ਤੱਕ ਉਹਨਾਂ ਬੋਲਦਾ ਜਿੰਨੀਆਂ ਸਾਡੀਆਂ ਰੱਤਾਂ ਭਾਰ ਚੱਲਦੀਆਂ ਜੇ ਮੈਂ ਕਿਸੇ ਡੇਰੇਦਾਰ ਨਾਲ ਕਿਸੇ ਨਾਲ ਕੋਈ ਪੰਗਾ ਲੈਣ ਨੂੰ ਪਤਾ ਵਾ ਕਿ ਜਿੰਨਾ ਕੁ ਮੈਂ ਕਰ ਸਕਦਾ ਮੈਂ ਵੀ ਵੱਡੀਆਂ ਵੱਡੀਆਂ ਸਟੇਟਮੈਂਟਾਂ ਸਟੇਜਾਂ ਤੇ ਦਈਆਂ ਐ ਇਦਾਂ ਕਰ ਦੋ ਜੀ ਵੜ ਦੋ ਜੀ ਮਾਰ ਦੋ ਜੀ ਕਤਲੋ ਕਰ ਦੋ ਜੀ ਇਹ ਕੋਈ ਤਰੀਕਾ ਨਹੀਂ ਹੈਗਾ ਤੇ ਮੈਂ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਹੋਸ਼ ਕਰੀਏ ਸੰਭਲੋ ਠੀਕ ਹੈ ਸਰਕਾਰਾਂ ਨੂੰ ਤਾਂ ਅਸੀਂ ਬਾਰ-ਬਾਰ ਕਹਿੰਨੇ ਆ ਕਿ ਭਾਈ ਬਹੁਤ ਸੰਤਾਪ ਪਹਿਲਾਂ ਪੰਜਾਬ ਨੇ ਭੋਗਿਆ ਵੇਖੋ ਪਹਿਲਾਂ ਅਕਾਲੀਆਂ ਦੀ ਸਰਕਾਰ ਸੀ ਫਿਰ ਕਾਂਗਰਸ ਆਈ ਚਲੋ ਮੁੜ ਕੇ ਆਮ ਪਾਰਟੀ ਨੂੰ ਲੋਕ ਲੈ ਕੇ ਵੀ ਇਹ ਕੋਈ ਕਰੂਗੀ ਠੀਕ ਹੈ ਆਮ ਪਾਰਟੀ ਦੇ ਵੇਲੇ ਜੋ ਕੁਝ ਵਾਪਰ ਰਿਹਾ ਆਪਾਂ ਨੂੰ ਪਤਾ ਵਾ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਬੜੀਆਂ ਸਰਕਾਰਾਂ ਆਉਂਦੀਆਂ ਭਾਵੇਂ ਕੋਈ ਬੀਜੇਪੀ ਦੀ ਗੱਲ ਹੈ ਭਾਵੇਂ ਆਮ ਪਾਰਟੀ ਦੀ ਗੱਲ ਵਾ ਅਸੀਂ ਜਿਹੜੇ ਸਰਕਾਰੀ ਬੋਲੀ ਬੋਲਦੇ ਆ ਸਾਰਿਆਂ ਨੂੰ ਪਤਾ ਹੈ ਦੱਸਣ ਦੀ ਲੋੜ ਨਹੀਂ ਇਹ ਕਿਸੇ ਨੂੰ ਅੱਜ ਕੱਲ ਤਾਂ ਦੁਨੀਆ ਸਿਆਣੀ ਆ ਤੇ ਬਾਕੀ ਆ ਜਿਹੜੀਆਂ ਨਕਲੀਆਂ ਫੇਸਬੁੱਕ ਤੇ ਆਈਡੀਆਂ ਬਣਾ ਬਣਾ ਕੇ ਗਾਲਾਂ ਕੱਢਦੇ ਆ ਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਭਾਈ ਸਿਆਣੇ ਬਣ ਜਾਓ ਸੋਸ਼ਲ ਮੀਡੀਆ ਹਰ ਘਰ ਦੇ ਵਿੱਚ ਵਾ ਹਰ ਪਰਿਵਾਰ ਇੰਟਰਨੈਟ ਨਾਲ ਜੁੜਿਆ ਹੋਇਆ ਵਾ ਉਹ ਸ਼ਬਦਾਵਲੀ ਯਾਦ ਰੱਖਿਓ ਬੋਲੋ ਜਿਹੜੀ ਤੁਸੀਂ ਆਪਣੇ ਪਰਿਵਾਰਾਂ 'ਚ ਬੋਲਦੇ